ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਰਾਜੋਆਣਾ ਦੀ ਫਾਂਸੀ ਮੁਆਫ ਕਰਨ ਦੇ ਦਿੱਤੇ ਬਿਆਨ ਤੇ ਪ੍ਰਤੀਕਿਰਿਆ ਦਿੰਦੇ ਹੋਏ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਇਹ ਬੇਇਨਸਾਫੀ ਹੈ। 30 ਸਾਲ ਤੋਂ ਬਲਵੰਤ ਸਿੰਘ ਰਾਜੋਆਣਾ ਲਗਾਤਾਰ ਜੇਲ੍ਹ 'ਚ ਬੰਦ ਹੈ, ਸਜ਼ਾ ਪੂਰੀ ਹੋਣ ਤੋਂ ਬਾਅਦ ਵੀ ਉਹਨਾਂ ਦੀ ਫਾਂਸੀ ਮੁਆਫ ਨਹੀਂ ਕੀਤੀ ਜਾ ਰਹੀ। ਉਹਨਾਂ ਨੂੰ ਕਿਹਾ ਕਿ ਉਹ ਇਸ ਮਸਲੇ ਨੂੰ ਲੈ ਕੇ ਅਮਿਤ ਸ਼ਾਹ ਨੂੰ ਮਿਲਣਗੇ। ਮੈਂ ਆਪਣੀ ਪਾਰਟੀ ਦਾ ਕਲੀਅਰ ਕਹਿਣਾ ਚਾਹੁੰਦਾ ਕਿ ਇਟਸ ਵੈਰੀ ਅਨਫੋਰਚੁਨੇਟ, ਕਿਉਂਕਿ ਜੋ ਪਹਿਲੇ ਰਿਪੋਰਟ ਆਈ ਸੀ ਮੀਡੀਆ 'ਚ ਵੀ ਆਈ ਸੀ, ਮੀਡੀਆ ਰਿਪੋਰਟਿੰਗ ਵੀ ਸੀ ਕਿ ਗਵਰਨਮੈਂਟ ਆਫ ਇੰਡੀਆ ਨੇ ਆ ਜਿਹੜੇ 5.5 ਸਾਲ ਸ਼ਤਾਬਦੀ ਦੇ ਸੰਬੰਧ ਵਿੱਚ ਉਹਨਾਂ ਨੂੰ ਮਾਫ਼ ਕਰਤਾ ਸੀ। ਸ਼੍ਰੋਮਣੀ ਅਕਾਲੀ ਦਲ ਅਤੇ ਸਾਡੀ ਪਾਰਟੀ ਦੀ ਡੈਲੀਗੇਸ਼ਨ ਅਸੀਂ ਅਮਿਤ ਸ਼ਾਹ ਜੀ ਨੂੰ ਮਿਲਾਂਗੇ, ਕਿਉਂਕਿ ਆਹ ਬੇਇਨਸਾਫੀ ਹੈ। ਇੱਕ ਬੰਦਾ 30 ਸਾਲ ਬਗੈਰ ਪੈਟਰੋਲ ਦੇ ਤੁਸੀਂ ਜੇਲ੍ਹ 'ਚ ਰੱਖਿਆ 30 ਸਾਲ, ਅਤੇ ਤੁਸੀਂ ਉਹਦੇ ਬਾਅਦ ਦੂਜੇ ਜਿਹੜੇ ਪੰਜਾਬ ਪੁਲਿਸ, ਪੰਜਾਬ ਦੀ ਸਰਕਾਰ ਹੈ, ਜਿਹੜੇ ਪੁਲਿਸ ਵਾਲਿਆਂ ਨੇ ਆਪਣੀ ਡਿਊਟੀ 'ਤੇ ਲੋਕਾਂ ਨੂੰ ਮਾਰਿਆ ਸੀ, ਉਹਨਾਂ ਨੂੰ ਤਾਂ ਮਾਫ਼ ਕਰਤਾ ਤੁਸੀਂ। ਜਿਨ੍ਹਾਂ ਨੇ 1 ਸਾਲ ਵੀ ਨਹੀਂ ਜੇਲ੍ਹ ਕੱਟੀ, ਕਿਸੇ ਨੇ 1.5 ਸਾਲ ਜੇਲ੍ਹ ਕੱਟੀ ਹੈ, ਜਿਨ੍ਹਾਂ ਨੂੰ ਉਮਰ ਕੈਦ ਹੋਈ ਹੈ, ਉਹਨਾਂ ਨੂੰ ਮਾਫ਼ ਕਰਤਾ। ਤੋ ਇਸ ਕਰਕੇ ਆਈ ਵੀ ਸਟਰੋਂਗਲੀ ਫੀਲ ਐਂਡ ਕਿ ਇਟਸ ਰੋਂਗ, ਵਟ ਐਵਰ ਇਫ ਇਟਸ ਇਫ ਦੈਟ ਇਜ਼ ਟਰੂ, ਜੇ ਦੈਟ ਇਜ਼ ਟਰੂ, ਸਾਡੀ ਪਾਰਟੀ ਦੀ ਡੈਲੀਗੇਸ਼ਨ ਹੋਮ ਮਿਨਿਸਟਰ ਦੇ ਟਾਈਮ ਜ਼ਰੂਰ ਮਿਲੂ। ਸੁਖਬੀਰ ਜੀ, ਕੱਲ੍ਹ ਜਿਹੜੀ ਸਰਕਾਰੀ ਹੈ, ਹੁਣ ਤੇ 2 ਹੱਥ ਲੁੱਟਣ 'ਤੇ ਲੱਗੇ ਆ। ਜਿਹੜੀ ਚੀਜ਼ ਜਿੱਥੇ ਕਬਜ਼ਾ ਕਰ ਉਹ ਮਿਲਦਾ ਸਾਰਾ। ਅੱਜ ਜੋ ਸੈਂਡ ਮਾਫੀਆ ਤੁਸੀਂ ਅਖਬਾਰਾਂ ਨੇ ਵੀ ਤੁਸੀਂ ਕੱਢ ਕੱਢ ਕੇ ਲਿਖਦਾ, ਫਿਰ ਵੀ ਕੋਈ ਪਰਵਾਹ ਨਹੀਂ। ਮੈਨੂੰ ਲੱਗਦਾ ਇਹਦਾ ਅੱਗੇ ਤਾਂ ਪੁਲ ਵੀ ਨਹੀਂ ਰਹਿਣੇ, ਜਿਹੜੇ ਦਰਿਆ ਦੇ ਜਿਹੜੇ ਕੰਢੇ ਆ ਉਹ ਵੀ ਨਹੀਂ ਰਹਿਣੇ, ਅੱਜ ਇੰਨੀ ਪੱਟਣ ਲੱਗੇ ਆ। ਦਰਅਸਲ ਜਦੋਂ ਲੁਧਿਆਣਾ ਤੋਂ ਸਾਂਸਦ ਰਵਨੀਤ ਬਿੱਟੂ ਨੇ ਲੋਕ ਸਭਾ 'ਚ ਬਲਵੰਤ ਸਿੰਘ ਰਾਜੋਆਣਾ ਦੀ ਸਜ਼ਾ ਮੁਆਫੀ ਨੂੰ ਲੈ ਕੇ ਅਮਿਤ ਸ਼ਾਹ ਨੂੰ ਸਵਾਲ ਕੀਤਾ ਤਾਂ ਅਮਿਤ ਸ਼ਾਹ ਦਾ ਕੀ ਜਵਾਬ ਸੀ, ਜ਼ਰਾ ਤੁਸੀਂ ਵੀ ਸੁਣੋ। ਰੇਪ ਕੇ ਉੱਪਰ ਫਾਂਸੀ ਕੀ ਬਾਤ ਕੀ, ਲੇਕਿਨ ਸਰ ਹਮ ਜੋ ਫਾਂਸੀ, ਅਮਿਤ ਸ਼ਾਹ ਜੀ ਪਲੀਜ਼ ਮੇਰਾ ਉੱਤਰ ਕੁਐਸਚਨ ਨੰਬਰ 2, ਆਪਨੇ ਪੰਜਾਬ ਵਾਲੋਂ ਕੋ ਕਿਉਂ ਬਲਵੰਤ ਸਿੰਘ ਰਾਜੋਆਣੇ ਕੋ ਫਾਂਸੀ ਮਾਫ਼ ਕੀ ਹੈ? ਆਪਣਾ ਪਲੀਜ਼ ਮੀਡੀਆ ਰਿਪੋਰਟ ਪਰ ਨਾ ਜਾਈਏ, ਕੋਈ ਮਾਫ਼ੀ ਕੀ ਨਹੀਂ ਗਈ। ਦੱਸ ਦਈਏ ਕਿ ਰਾਜੋਆਣਾ ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਦੇ ਮਾਮਲੇ ਵਿੱਚ ਫਾਂਸੀ ਦੀ ਸਜ਼ਾ ਦਾ ਸਾਹਮਣਾ ਕਰ ਰਹੇ ਨੇ। ਬੀਤੇ ਦਿਨੀ ਕੇਂਦਰ ਸਰਕਾਰ ਨੇ ਕਈ ਬੰਦੀ ਸਿੰਘਾਂ ਦੀਆਂ ਸਜ਼ਾਵਾਂ ਮਾਫ਼ ਕੀਤੀਆਂ ਸੀ, ਜਿਨ੍ਹਾਂ 'ਚ ਰਾਜੋਆਣਾ ਦਾ ਨਾਂ ਵੀ ਸ਼ਾਮਿਲ ਸੀ। ਪਰ ਹੁਣ ਮੋਦੀ ਸਰਕਾਰ ਨੇ ਸਾਫ਼ ਕਰ ਦਿੱਤਾ ਹੈ ਕਿ ਉਸਨੇ ਰਾਜੋਆਣਾ ਦੀ ਸਜ਼ਾ ਮੁਆਫ਼ ਨਹੀਂ ਕੀਤੀ। ਚੰਡੀਗੜ੍ਹ ਤੋਂ ਦਰਸ਼ਨ ਸਿੰਘ ਖੋਖਰ ਦੀ ਰਿਪੋਰਟ, D5 ਚੈਨਲ ਪੰਜਾਬੀ। D5 ਚੈਨਲ ਪੰਜਾਬੀ ਹੁਣੇ ਸਬਸਕ੍ਰਾਈਬ ਕਰੋ, ਬੈਲ ਆਈਕਨ 'ਤੇ ਕਲਿੱਕ ਕਰੋ।